نعیم دوستو اج دی ویڈیو بڑی مزدار ہون والی اے اس تو پہلے جڑے دوستاں نے ساڈے چینل نو سبسکرائب نہیں کیتا ساڈے چینل نو جلدی دے نال سبسکرائب کر لو تاکہ نویں آن والی ویڈیو دا نوٹیفیکیشن تہاڈے تک پہنچدارے دوستو ساڈی ویڈیو دے وچ تہانوں مختلف مختلف رہنمائی دتی جاندی اے مختلف چیزاں دکھائیاں جاندیاں نے اگری کلچر دے بارے ٹریکٹر ٹرالیاں سیل پرچیز اور بہت سارا ਉਸ ਤੋਂ ਬਾਅਦ ਅਸੀਂ ਤੁਹਾਨੂੰ ਆਜਾ ਜ਼ੈਤੂਨ ਜ਼ੈਤੂਨ ਦੀ ਫਾਰਮਿੰਗ ਦੇ ਬਾਰੇ ਪਹਿਲੇ ਸਾਡੀ ਵੀਡੀਓ ਸਾਡੇ ਚੈਨਲ ਤੇ ਮੌਜੂਦ ਹੈ ਉਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਇਹਦੀ ਕਟਿੰਗ ਦਾ ਤਰੀਕਾ ਤੁਹਾਨੂੰ ਦੱਸ ਰਹੇ ਹਾਂ ਇਹਦੀ ਕਟਿੰਗ ਘੜੀਏ ਉਹ ਇਸ ਤਰ੍ਹਾਂ ਕਰਨੀ ਹੈ ਮਾਸ਼ਾਅੱਲਾ ਤੁਸੀਂ ਚੈੱਕ ਕਰੋ ਆ 2 ਸਾਲ ਦਾ ਜ਼ੈਤੂਨ ਹੈ ਜੀ ਇਸ ਟਾਈਮ ਆਪਣੇ ਪੂਰੇ ਰੂਜ ਤੇ ਖੜਾ ਹੈ ਚੈੱਕ ਕਰ ਸਕਦੇ ਹੋ ਤੇ ਇਨਸ਼ਾਅੱਲਾ ਇਸ ਸਾਲ ਫਲ ਵੀ ਲੱਗੇ ਇਹਦੀ ਕਟਿੰਗ نیچے-ਨੀਚੇ ਅਸੀਂ ਇਹਨਾਂ ਥੋੜੀ-ਥੋੜੀ ਕਟਾਈਂ ਕਰਕੇ ਮਾਸ਼ਾਅੱਲਾ ਬਿਲਕੁਲ ਜੈਨੂਇਨ ਬਣਾਤਾ ਜੀ ਚੈੱਕ ਕਰੋ ਆ ਸਾਡਾ ਪੂਰਾ ਪੰਜੇ ਕਨਾਲਾਂ ਦਾ ਬਾਗ ਹੈ ਜ਼ਤੂਨ ਦਾ ਚੈੱਕ ਕਰ ਸਕਦੇ ਜੇ ਵਿੱਚ ਅਸੀਂ ਕਪਾਸ ਵਿਕਾਸ ਕੀਤੀ ਐਨੀ ਕਟਿੰਗ ਚੈੱਕ ਕਰੋ ਜੀ ਇਹ ਕਟਿੰਗ ਇਸ ਵਾਸਤੇ ਕੀਤੀ ਕਿ ਕਿਹੜਾ ਜ਼ਤੂਨ ਹੈ ਨਾ ਇਹ ਜ਼ਿਆਦਾ ਉੱਪਰ ਨੂੰ ਚਲਾ ਜਾਏ ਇੱਕ ਦਹਾ ਪੂਰਾ ਦਰਖਤ ਦੀ ਸ਼ਕਲ ਸ਼ਕਲ ਲੈ ਜਾਵੇ ਪੂਰਾ ਦਰਖਾਦੀ ਸ਼ਕਲ ਲੈ ਜਾਏਗਾ ਅਗਰ ਅਸੀਂ ਇਹਦੀ ਕਟਿੰਗ ਨਾ ਕਰਦੇ ਝਾੜੀ ਨਵਾ ਬਣ ਜਾਣਾ ਸੀ ਇਹਨੂੰ ਹਵਾ ਨਹੀਂ ਸੀ ਗੁਜ਼ਰ ਉਹਨਾਂ ਵਿੱਚੋਂ ਤੇ ਫਾਲ ਬਹੁਤ ਖਾਟਾ ਲੱਗਣਾ ਸੀ ਅਸੀਂ ਦੁਬਾਰਾ ਨੈਕਸਟ ਵੀਡੀਓਂ ਦੇ ਫਾਲ ਦੀ ਲੈ ਕੇ ਵੀ ਹਾਜ਼ਰ ਹੁੰਦੇ ਆਵਾਂਗੇ ਤੇ ਰਿਕਵੈਸਟ ਇਹ ਹੈ ਅਗਰ ਸਾਡੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਲਾਜ਼ਮੀ ਨਾ ਪਾਓ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਦਰ ਤੱਕ ਪਹੁੰਚਦਾ ਰਹੇ ਸਾਡੇ ਚੈਨਲ ਦੇ ਤਾਨੂ ਪਲੋਨੀਆ ਪਲੋਨੀਆ ਜੋ ਕਿ ਪਾਕਿਸਤਾਨ ਆਦਰਖਤ ਵਿੱਚ ਨਜ਼ਰ ਆ ਰਹੇ ਨੇ ਇਹਦੇ ਬਾਰੇ ਵੀਡੀਓ ਸਾਡੇ ਚੈਨਲ ਤੇ ਮੌਜੂਦ ਹੈ ਉਹ ਜਾ ਕੇ ਤੁਸੀਂ ਚੈੱਕ ਕਰੋ ਪਲੋਨੀਆ ਨਿਕਾਸ਼ ਅਸੀਂ ਪਲੋਨੀਆ ਦਰਖਤ ਲਗਾਏ ਨੇ ਇਹ ਤਕਰੀਬਨ 5 ਸਾਲ ਬਾਅਦ 1.5 ਲੱਖ 1 ਲੱਖ 1.5 ਲੱਖ ਦਾ ਇੱਕ ਪੌਦਾ ਫਾਰ ਸੇਲ ਹੁੰਦਾ ਜੀ ਇਹਦੇ ਬਾਰੇ ਵੀਡੀਓ ਬਣਾ ਕੇ ਤੇ ਆਪਣੇ ਚੈਨਲ ਤੇ ਚੜਾਈਏ ਤੇ अगर साड़ी वीडियो अच्छी लगती है दोस्तों के शेयर करो चैनल को लाइक सबसक्राइब लाजमी करो तो दोस्तों के भी शेयर करो तुम भी अपने बागों के अंदर पलूनियाँ जतून इदा दिया चीज़ा लाओ ताकि पाकिस्तान खुशहाल हो सके और आप इना महंगा तेल गया जतून दाए बहरों ना खरीदा जाए इतान चाहिए एक्सपोर्ट होनी चाहिए तो इस साल दो सालों का पौधा जी हमारे करो बरफ़त दो साल तैयार हो गया लेकिन वीडियो बनाने का असल मकसद यही है कि इन चीज़ों ला आप ताकि अपना मुल्क खुशहाल हो सके दो इजाजत पुराने दुआ में याद रखें अल्लाह या पेस